ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਵੱਲੋਂ ਹਾਲ ਹੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਕਈ ਸ਼ਾਨਦਾਰ ਤਸਵੀਰਾਂ ਜਿਹੜੀਆਂ ਸ਼ੇਅਰ ਕੀਤੀਆਂ ਗਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਦਿਲਜੀਤ ਦਾ ਰੰਗਲਾ ਅੰਦਾਜ਼ ਜਿਹੜਾ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਦਿਲਜੀਤ ਕਿਵੇਂ ਆਪਣੇ ਨਵੇਂ ਗੀਤ ਦੀ ਰਿਕਾਰਡਿੰਗ ਦੇ ਵਿੱਚ ਜਿਹੜੇ ਰੁੱਝੇ ਹੋਏ ਨੇ ਅਤੇ ਨਾਲ ਕੁਝ ਵਿਦੇਸ਼ੀ ਸਿਤਾਰੇ ਆ ਜਿਹੜੇ ਦਿਖਾਈ ਦੇ ਰਹੇ ਨੇ ਸੋ ਕਲਾਕਾਰ ਇੰਨੀ ਦਿਨੀ ਆਪਣੀ ਐਲਬਮ ਅਗੋਸਟ ਨੂੰ ਲੈ ਕੇ ਸੁਰਖੀਆਂ ਜਿਹੜੇ ਪਟੋਲ ਰਹੇ ਹੈ ਦੋਸਾਂਝਾ ਵਾਲੇ ਨੇ ਇੱਕ ਪੋਸਟ ਹੈ ਜਿਹੜੀ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਇਸ ਐਲਬਮ ਦੇ ਵਿੱਚ ਕਰੀਬ 21 ਗਾਣੇ ਆ ਜਿਹੜੇ ਸ਼ 18 ਗਾਣੇ ਜਿਹੜੇ ਉਹ ਤਿਆਰ ਕੀਤੇ ਜਾ ਚੁੱਕੇ ਐ ਦਲਜੀਤ ਨੇ ਇਸ ਐਲਬਮ ਵਿੱਚ ਪ੍ਰਸ਼ੰਸਕਾਂ ਲਈ ਪਿਆਰ ਦੇ ਰੰਗ ਵੀ ਜਿਹੜੇ ਭਰੇ ਨੇ ਕਲਾਕਾਰ ਨੇ ਇੱਕ ਪੋਸਟਰਾਂ ਹੀ ਦੱਸਿਆ ਸੀਗਾ ਕਿ ਉਹਨਾਂ ਦੀ ਐਲਬਮ ਦੇ ਵਿੱਚ ਰੋਮਾਂਟਿਕ ਗੀਤ ਐ ਜਿਹੜੇ ਸ਼ਾਮਿਲ ਨੇ ਦਲਜੀਤ ਆਪਣੀ ਨਵੀਂ ਐਲਬਮ ਦੇ ਵਿੱਚ ਵਿਦੇਸ਼ੀ ਸਟਾਰਾਂ ਨਾਲ ਮਿਲ ਕੇ ਹੋਰ ਕੀ ਕੀ ਧਮਾਕਾ ਕਰਨ ਵਾਲੇ ਐ ਇਸ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਐ ਜਿਹੜਾ ਇੰਤਜ਼ਾਰ ਐ ਸੋ ਤੁਹਾਨੂੰ ਦਲਜੀਤ ਦੋਸਾਂ ਦਾ ਕਿਹੜਾ ਗਾਣਾ ਚੰਗਾ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ